ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ। ਦਰਸ਼ਕੋ, 15 ਦਸੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਹਾਰਡਕੌਰ, ਜੋ ਕਿ ਫੀਮੇਲ ਓਰੀਐਂਟਡ ਮੂਵੀ ਹੈ। ਇਹ ਔਰਤ ਦੀ ਤ੍ਰਾਸਦੀ ਨੂੰ ਵੀ ਪੇਸ਼ ਕਰਦੀ ਹੈ ਅਤੇ ਔਰਤ ਦੀ ਸ਼ਕਤੀ ਨੂੰ ਵੀ। ਇਸ ਫਿਲਮ ਦੇ ਵਿੱਚ ਹੋਰ ਕੀ ਕੁਛ ਹੈ ਔਰ ਇਸ ਫਿਲਮ ਦੀ ਸਟੋਰੀ ਬਾਰੇ ਜਾਣਨ ਵਾਸਤੇ ਅੱਜ ਸਾਡੇ ਵਿਚਕਾਰ ਪਹੁੰਚੀ ਹੋਈ ਹੈ ਇਸ ਫਿਲਮ ਦੀ ਸਟਾਰਕਾਸਟ, ਉਹਨਾਂ ਦੇ ਨਾਲ ਕਰਦੇ ਹਾਂ ਗੱਲਾਂਬਾਤਾਂ। ਸੋ ਜੀ, ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਅਜੀਤ ਵੈਬ ਟੀਵੀ 'ਤੇ। ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਵਿਚਕਾਰ ਪਹੁੰਚੇ ਹੋਏ ਨੇ ਦ੍ਰਿਸ਼ਟੀ ਗਰੇਵਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਅਸੀਂ ਕਰਦੇ ਹਾਂ। ਚੇਤਨਿਆ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਨੀਤ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਜੀ, ਇਸ ਫਿਲਮ ਦੇ ਟ੍ਰੇਲਰ ਤੋਂ ਸਾਨੂੰ ਕਾਫੀ ਕੁਛ ਵੈਸੇ ਪਤਾ ਲੱਗ ਰਿਹਾ। ਇਸ ਫਿਲਮ ਦਾ ਜਿਹੜਾ ਕੋਨਸੈਪਟ ਹੈ ਉਹ ਬਾਕੀ ਫਿਲਮਾਂ ਦੇ ਨਾਲੋਂ ਰੈਗੂਲਰ ਜਿਹੜੀਆਂ ਫਿਲਮਾਂ ਚੱਲ ਰਹੀਆਂ ਕਾਫੀ ਅਲੱਗ ਹੈ। ਸੋ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾ ਰਹੇ ਹੋ ਇਸ ਫਿਲਮ ਦੇ ਵਿੱਚ ਅਤੇ ਕਿਸ ਤਰ੍ਹਾਂ ਦੀ ਸਟੋਰੀ ਹੈ? ਹਾਰਡਕੌਰ ਫਿਲਮ ਪੰਜ ਕੁੜੀਆਂ ਦੀ ਕਹਾਣੀ ਹੈਗੀ ਆ, ਜਿਹਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਏਗਾ। ਜੀ ਜੀ, ਮੇਰਾ ਜੋ ਕਰੈਕਟਰ ਹੈਗਾ ਉਹ ਇੱਕ ਲਾਇਰ ਦਾ ਕਰੈਕਟਰ ਆ ਜੀ। ਇੱਕ ਇਸ ਫਿਲਮ 'ਚ ਇੱਕ ਕੁੜੀ ਹੁੰਦੀ ਹੈ ਜਿਹਦਾ ਨਾਮ ਹੈਗਾ ਸੀਰਤ ਕੌਰ। ਸੋ ਸੀਰਤ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮ ਰਹੀ ਆ ਜੀ, ਅਤੇ ਸਾਰੀਆਂ ਕੁੜੀਆਂ ਇੱਕ ਹੋ ਕੇ ਇੱਕ ਕੁੜੀ ਨੂੰ ਇਨਸਾਫ਼ ਦਿਲਾ ਰਹੀਆਂ ਨੇ ਇਸ ਫਿਲਮ ਦੇ ਵਿੱਚ ਜੀ। ਸੋ ਕੁੜੀਆਂ ਦੇ ਸਾਰਿਆਂ ਦਾ ਕਰੈਕਟਰ ਬਹੁਤ ਸਟਰੋਂਗ ਆ, ਤਾਂ ਹੀ ਅਸੀਂ ਫਿਲਮ ਦਾ ਨਾਮ ਰੱਖਿਆ ਹਾਰਡਕੌਰ। ਓਕੇ ਚੇਤਨਿਆ, ਹਮਨੇ ਟ੍ਰੇਲਰ ਦੇਖਾ ਔਰ ਉਸਮੇ ਆਪਕਾ ਇੱਕ ਨੈਗੇਟਿਵ ਸ਼ੇਡ ਜੋ ਨਜ਼ਰ ਆ ਰਿਹਾ ਹੈ, ਬਿਲਕੁਲ, ਤੋ ਆਪ ਬਤਾਈਏ ਆਪਕਾ ਕੈਸਾ ਕਰੈਕਟਰ ਹੈ ਇਸ ਫਿਲਮ ਮੇਂ? ਯੇ ਕਰੈਕਟਰ ਬਹੁਤ ਹੀ ਡਾਰਕ ਹੈ। ਓਕੇ, ਇਟ ਇਜ਼ ਵੈਰੀ ਡਾਰਕ ਐਂਡ ਆਈ ਥਿੰਕ ਇਸਕੇ ਅੰਦਰ ਕੋਈ ਪੋਜ਼ਿਟਿਵਿਟੀ ਹੈ ਹੀ ਨਹੀਂ। ਕਿਉਂਕਿ ਯੇ ਇੱਕ ਐਸੇ ਬਾਪ ਕਾ ਬੇਟਾ ਜੋ ਬਹੁਤ ਪਾਵਰਫੁਲ ਹੈ ਔਰ ਜਿਸਕੋ ਬਚਪਨ ਸੇ ਹੀ ਐਸੀ ਅਪਬ੍ਰਿੰਗਿੰਗ ਮਿਲੀ ਹੈ ਕਿ ਅਗਰ ਜੋ ਚਾਹੇ ਵੋ ਕਰਤਾ ਹੈ, ਨਾ ਆਪਣੇ ਘਰ ਵਾਲੋਂ ਕੀ ਸੁਣਤਾ, ਨਾ ਆਪਣੇ ਡੈਡ ਕੀ ਸੁਣਤਾ ਹੈ, ਨਾ ਆਪਣੀ ਗਰਲਫ੍ਰੈਂਡ ਕੀ ਸੁਣਤਾ ਹੈ, ਨਾ ਆਪਣੇ ਬਚਪਨ ਕੇ ਦੋਸਤ ਕੀ ਸੁਣਤਾ ਹੈ, ਇਸਕਾ ਜੋ ਦਿਲ ਕਰਤਾ ਹੈ ਵੋ ਵੈਸਾ ਕਰਤਾ, ਅਗਰ ਉਸਕੇ ਹਿਸਾਬ ਸੇ ਨਹੀਂ ਹੈ ਤੋ ਵੋ ਆਸ ਪਾਸ ਉਸਕੋ ਆਦਮੀ ਨਹੀਂ ਚਾਹੀਏ ਜਾਂ ਫਿਰ ਵੋ ਚੀਜ਼ੇ ਨਹੀਂ ਚਾਹੀਏ ਜੋ ਉਸਕੋ ਠੀਕ ਨਹੀਂ ਲੱਗਤੀ। ਸੋ ਔਰ ਇਸ ਕੈਰੇਕਟਰ ਕੇ ਅੰਦਰ ਕੁਛ ਅੱਛਾ ਹੀ ਨਹੀਂ ਹੈ। ਐਸਾ ਹੋਤਾ ਹੈ ਬਹੁਤ ਬਾਰ ਕਿ ਕੋਈ ਡਾਰਕ ਕੈਰੇਕਟਰ ਪਲੇ ਕਰਤੇ ਤੋ ਉਸਕਾ ਗੁੱਡ ਹਾਰਟ ਹੋਤਾ ਹੈ, ਹੀ ਇਜ਼ ਅ ਬੈਡ ਬੋਏ ਵਿਦ ਅ ਗੁੱਡ ਹਾਰਟ, ਬਟ ਹੀ ਹੈਜ਼ ਨੋ ਹਾਰਟ। ਓਕੇ, ਯਾ, ਹੀ ਜਸਟ ਵਾਂਟਸ, ਹੀ ਹੈਜ਼ ਹਿਸ ਈਗੋ। ਓਕੇ, ਉਸਕੀ ਅਗਰ ਈਗੋ ਸੈਟਿਸਫੈਕਸ਼ਨ ਨਹੀਂ ਹੋਤਾ ਤੋ ਵੋ ਪਾਗਲ ਹੋ ਜਾਤਾ ਹੈ। ਸੋ ਹੀ ਗੋਸ ਟੂ ਐਕਸਟੈਂਟ ਵੇਰ ਹੀ ਕ੍ਰੋਸਿਸ ਦ ਲਾਈਨ, ਕ੍ਰੋਸਿਸ ਦ ਲਾਅ। ਤੋ ਐਸਾ ਕੈਰੇਕਟਰ ਹੈ ਜਿਸਕੋ ਪਲੇ ਕਰਨੇ ਕੇ ਲੀਏ ਮੁਝੇ ਬਹੁਤ ਡਾਰਕ ਹੋਣਾ ਪੜਾ ਥਾ, ਬਿਕਾਜ਼ ਮੈਂ ਕੁਛ ਟਾਈਮ ਤੱਕ ਉਸਕੇ ਬਾਅਦ ਮੇਂ, ਸ਼ੂਟ ਕੇ ਬਾਅਦ ਮੇਂ ਲੋਕੋ ਕੋ, ਮਤਲਬ ਸਪੈਸ਼ਲੀ ਲੜਕੀਓਂ ਕੋ ਉਸੀ ਨਜ਼ਰ ਸੇ ਦੇਖਨੇ ਲਗਾ ਥਾ, ਯਾ ਯਾ ਨੂ। ਔਰ ਮੇਰੇ ਘਰ ਵਾਲੇ ਮੁਝਸੇ ਬੋਲਣ ਲਗੇ, ਭਾਈ ਤੂੰ ਅਭੀ ਤੱਕ ਕੈਰੇਕਟਰ ਸੇ ਬਾਹਰ ਨਹੀਂ ਆਇਆ, ਤੋ ਪਲੀਜ਼ ਕੈਰੇਕਟਰ ਸੇ ਬਾਹਰ ਆ ਜਾ, ਹਮਾਰੇ ਲਈ ਅੱਛਾ ਨਹੀਂ ਹੈ। ਸੋ ਇਟ ਵਾਸ ਦੈਟ ਡਾਰਕ, ਬਟ ਵਾਸ ਗੁੱਡ ਟੂ ਪਲੇ ਦੈਟ, ਬਿਕਾਜ਼ ਮੁਝੇ ਨਹੀਂ ਮਾਲੂਮ ਥਾ ਕਿ ਐਸੇ ਕੈਰੇਕਟਰ ਵੀ ਐਗਜ਼ਿਸਟ ਕਰਤੇ ਹੈ। ਆਈ ਆਲਵੇਜ਼ ਹਰਡ ਕਿ ਬਚਪਨ ਸੇ ਹੀ ਕਿ ਬੁਰੇ ਲੋਕ ਹੋਤੇ ਹੈ ਬਟ ਉਨਕੇ ਦਿਲ ਅੱਛੇ ਹੋਤੇ ਹੈ, ਬਟ ਦਿਸ ਕੈਰੇਕਟਰ ਇਜ਼ ਵੈਰੀ ਡਾਰਕ। ਓਕੇ, ਸੋ ਆਈ ਹੋਪ ਯੂ ਗਾਈਜ਼ ਲਾਈਕ ਇਟ। ਸੋ ਤੁਹਾਡਾ ਕਰੈਕਟਰ ਕਿਸ ਤਰ੍ਹਾਂ ਦਾ ਇਸ ਫਿਲਮ ਦੇ ਵਿੱਚ? ਜੀ, ਮੇਰਾ ਜੋ ਕੈਰੈਕਟਰ ਦਾ ਨਾਮ ਹੈ ਉਹ ਲੈਲਾ ਕੌਰ ਹੈ ਜੀ। ਲੈਲਾ ਕੌਰ ਪੰਜ ਕੌਰ ਦੇ ਵਿੱਚੋਂ ਇੱਕ ਕੌਰ ਹੈ ਔਰ ਜੋ ਇਸ ਮੂਵੀ ਦੀ ਵਿਕਟਿਮ ਹੈ ਸੀਰਤ ਕੌਰ, ਸ਼ੀ ਇਜ਼ ਵੈਰੀ ਫਾਸਟ ਫਰੈਂਡ ਆਫ ਲੈਲਾ ਕੌਰ ਐਂਡ ਸ਼ੀ ਇਜ਼ NRI ਗਰਲ। ਤੋ ਜਦ ਉਹ ਪੰਜਾਬ ਆਉਂਦੀ ਹੈ, ਠੀਕ ਹੈ, ਮੀਨਜ਼ ਉਹ ਇੱਕ ਬਹੁਤ ਹੀ ਨੋਰਮਲ ਜਿਵੇਂ ਆਪਣੀਆਂ ਲੜਕੀਆਂ ਹੁੰਦੀਆਂ ਉਵੇਂ ਦੀ ਹੈ, ਯੂ ਨੋ, ਵੈਰੀ ਚੁਲਬੁਲੀ, ਹੈਪੀ ਗੋ ਲਾਈਫ, ਬਟ ਐਟ ਦਾ ਸੇਮ ਟਾਈਮ ਜਦ ਉਸਦੀ ਫਰੈਂਡ ਪ੍ਰੋਬਲਮ 'ਚ ਆਉਂਦੀ ਹੈ, ਠੀਕ ਹੈ, ਅਤੇ ਉਹ ਇੱਕਦਮ ਕਿਵੇਂ ਉਹਦਾ ਸ਼ੇਡ ਚੇਂਜ ਹੋ ਜਾਂਦਾ ਹੈ, ਯੂ ਨੋ ਵਟ ਐਫਰਟਸ ਸ਼ੀ ਇਜ਼ ਮੇਕਿੰਗ, ਅਤੇ ਉਹ ਸਾਰਾ ਤੁਹਾਨੂੰ ਉਸ ਮੂਵੀ ਦੇ ਵਿੱਚ ਮੇਰੇ ਕੈਰੈਕਟਰ ਦੇ ਵਿੱਚ ਦੇਖਣ ਨੂੰ ਮਿਲੇਗਾ। ਬਾਕੀ ਅਗਰ ਆਪਾਂ ਮੂਵੀ ਦੀ ਗੱਲ ਕਰੀਏ ਤਾਂ ਮੂਵੀ ਓਬਵੀਅਸਲੀ ਹੁਣ ਤੱਕ ਦੀ ਪੰਜਾਬ ਦੀ ਫਸਟ ਮੂਵੀ ਹੋਏਗੀ ਜੋ ਕਿ ਵੁਮੈਨ ਨੂੰ ਫੋਕਸ ਕਰਕੇ ਬਣਾਈ ਗਈ ਹੈ ਐਂਡ ਪੰਜਾਬੀ ਸਿਨੇਮਾ ਦੀ ਫਸਟ ਮੂਵੀ ਹੈ ਇਹ, ਠੀਕ ਹੈ। ਸੋ ਲੈਟਸ ਹੋਪ ਫੋਰ ਦਾ ਬੈਸਟ ਕਿ ਲੋਕਾਂ ਨੂੰ ਪਸੰਦ ਆਏਗੀ ਐਂਡ ਸੋ ਦੈਟ ਅੱਗੇ ਤੋਂ ਹੋਰ ਇੱਦਾਂ ਦੇ ਟੋਪਿਕ ਜੋ ਹੈ, ਇੱਦਾਂ ਦੇ ਕੰਟੈਂਟ ਸਾਹਮਣੇ ਆਵੇ ਜੀ। ਦ੍ਰਿਸ਼ਟੀ ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਫੀਮੇਲ ਓਰੀਐਂਟਡ ਬਣੀਆਂ ਹੈ ਨਾ, ਪੰਜਾਬੀ ਦੇ ਵਿੱਚ ਇੱਕ ਬੜਾ ਨਵਾਂ ਐਕਸਪੀਰੀਅੰਸ ਹੈ। ਜਦੋਂ ਤੁਹਾਨੂੰ ਇਸ ਸਟੋਰੀ ਦੇ ਬਾਰੇ ਵਿੱਚ ਦੱਸਿਆ ਗਿਆ, ਸੁਣਾਇਆ ਗਿਆ, ਤਾਂ ਫਸਟ ਤੁਹਾਡਾ ਕਿਸ ਤਰ੍ਹਾਂ ਦਾ ਐਕਸਪ੍ਰੈਸ਼ਨ ਆਇਆ, ਕਿੱਦਾਂ ਇੰਪ੍ਰੈਸ਼ਨ ਤੁਹਾਨੂੰ ਲੱਗਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਜਾਂ ਮੈਨੂੰ ਕੱਲ੍ਹ ਲੈਣਾ ਚਾਹੀਦਾ ਰੋਲ ਕਿ ਨਹੀਂ, ਕਿ ਲੋਕ ਐਕਸੈਪਟ ਕਰਨਗੇ ਕਿ ਨਹੀਂ? ਦੇਖੋ, ਪੰਜਾਬੀ ਇੰਡਸਟਰੀ 'ਚ ਬਹੁਤ ਹਾਰਡ ਹੈਗਾ ਐਕਸੈਪਟ ਕਰਨਾ ਕਿ ਕੁੜੀਆਂ ਦੇ ਉੱਤੇ ਫਿਲਮ ਬਣ ਰਹੀ ਹੈ। ਫਿਲਮ ਪਹਿਲਾਂ ਆਈ ਸੀ ਚੰਨੋ ਜੀ, ਕੁੜੀ ਦੇ ਉੱਪਰ ਸੀਗੀ, ਬਿਲਕੁਲ, ਗੇਲੋਂ ਆਈ ਸੀ ਜੀ, ਉਹ ਵੀ, ਪਰ ਆਡੀਅੰਸ ਨੇ ਨਾ ਉਹਨੂੰ ਹੁੰਗਾਰਾ ਨਹੀਂ ਦਿੱਤਾ ਉਸ ਫਿਲਮ ਨੂੰ, ਕਿਉਂਕਿ ਆਡੀਅੰਸ ਦਾ ਪਹਿਲੇ ਇਹ ਹੁੰਦਾ ਕਿ ਹੀਰੋ ਕੌਣ ਆ ਫਿਲਮ ਦੇ ਵਿੱਚ, ਸਕ੍ਰਿਪਟ ਬਾਅਦ 'ਚ ਦੇਖੀ ਜਾਂਦੀ ਹੈ, ਪਹਿਲਾਂ ਹੀਰੋ ਦੇਖਿਆ ਜਾਂਦਾ ਕਿ ਉਹਦੀ ਫੈਨ ਫੋਲੋਇੰਗ ਕਿੰਨੀ ਹੈਗੀ ਆ, ਉਸਦੇ ਹਿਸਾਬ ਨਾਲ ਫਿਲਮ ਨੂੰ ਜੱਜ ਕੀਤਾ ਜਾਂਦਾ ਕਿ ਚੱਲੇਗੀ ਜਾਂ ਨਹੀਂ ਚੱਲੇਗੀ। ਸੋ ਜਦ ਸਾਡੇ ਜੋ ਡਾਇਰੈਕਟਰ ਸੀਗੇ ਅਜੀਤ ਆਰ ਰਾਜਪਾਲ ਜੀ, ਉਹ ਜਦ ਆਏ ਸੀ, ਉਹਨਾਂ ਨੇ ਜਦ ਮੈਨੂੰ ਸਕ੍ਰਿਪਟ ਸੁਣਾਈ ਅਤੇ ਮੈਂ ਕਿਹਾ, ਸਰ ਇੱਕ ਕੁੜੀ ਨਹੀਂ ਪੰਜ ਕੁੜੀਆਂ? ਸੋ ਕਹਿੰਦੇ ਹਾਂ ਪੰਜ ਨੇ, ਪਰ ਪੰਜੋਂ ਦਾ ਜੋ ਕਰੈਕਟਰ ਲਿਖਿਆ ਹੋਇਆ ਬਹੁਤ ਹੀ
खूबसूरत, बहुत खूबसूरत। हर करेक्टर, हर कुड़ी दा अपना एक डिफरेंट करेक्टर है, बहुत स्ट्रांग करेक्टर ने गे। सो सारी कुड़ियां ने बहुत मेहनत करके उस करेक्टर नू जिया गा सेट दे उत्ते, ते मैनू नहीं लगता कि कोई इस फिल्म नू ना पसंद करूगा क्योंकि सबने बहुत मेहनत की आ। तो जो फिल्म दी साड़ी स्टोरी भी हैगी आ, वो हर एक आम कुड़ी दे नाल रिलेट करूगी, हर कुड़ी दे नाल वो होया होया जो असी फिल्म दे विच दिखाया गा। सो उम्मीद हैगी आ कि साड़ी ऑडियंस नू ये फिल्म जरूर पसंद आएगी। बिल्कुल जी। चैतन्या, आपकी ये फर्स्ट पंजाबी मूवी है। बिल्कुल। सो फर्स्ट मूवी में आप नेगेटिव रोल में आ रहे हो, तो कैसा था फीलिंग, मतलब कैसी थी कि लोगों को मैं मतलब पहली नज़र में ही नेगेटिव किरदार में नज़र आऊँगा, नॉट पॉजिटिव? मुझे हमेशा से एंटागनिस्ट के रोल्स बहुत पसंद थे, बिकॉज वो मैं हमेशा से करना चाहता था क्योंकि मैं एक छोटे से गाँव से हूँ। जब मैं बड़ा हो रहा था तो अपने आस पास मैंने बहुत क्राइम देखा था, तो आई न्यू इट कि, और मैंने, मुझे नहीं मालूम था कि एक कैरेक्टर इतना डार्क भी हो सकता है, बिकॉज मैंने जो देखा था वो दे वर बैड बट विद अ गुड हार्ट, इसके साथ बिल्कुल ऑपोजिट था। सो व्हेन आई वाज प्रिपेयर, और मैंने सोचा कि आई रियली लाइक द कैरेक्टर, और उस कैरेक्टर ने ही, टू बी वेरी ऑनेस्ट, मुझे इस फिल्म को मजबूर कर दिया था कि आई वुड डू दैट, बिकॉज मैं कभी नेगेटिव शुरुआत में नहीं करना चाहता था, बिकॉज आई नो इट क्रिएट्स इमेज, बट एज एन एक्टर मुझे लगा कि It doesn't matter. अगर मैं अच्छा एक्टर हूँ तो वो आज नहीं तो कल दिखेगा, तो वो कोई भी कैरेक्टर, as an actor I can play it. So it was an inspiring and challenging role, but it was good to play that. Okay. सुनीत, जिहड़ा करैक्टर तुसी निभा रहे हो, तुहाडी रियल लाइफ दे, तुहाडी अपनी जिहड़ी पर्सनैलिटी है नीत, उहदे नाल किन्ना कोई रिलेट करदा? आई गेस काफ़ी ज़्यादा रिलेट करदा मैनूं लग रहा, क्योंकि मैं नॉर्मली उदा नहीं है, ठीक है, मैं आई एम वेरी यू नो हैप्पी गो लाइफ, बट एट द सेम टाइम अगर कोई भी मैं लगता है कि आई एम वेरी अपफ्रंट, यू नो मैं लग रहा है कि ये चीज़ मैं बोलनी चाहिए है, तो मैं वो बोलूँगी, दैन आई वोंट यू नो थिंक के सामने वाले नु किवें लग रहा है। एंड मैं बचपन तो उदा दी रही हाँ, यू नो जिम्मे इस मूवी के दिखाया गया कि जो लड़कियाँ ने बोलदियां नहीं हैगियां, लड़के छेड़दे आ, स्टॉकिंग करदे आ, यू नो, तो वो चुप कर जांदियां ने, बिकॉज उन्हां नूं लगता है कि सोसाइटी वाले उन्हां दे कैरेक्टर ते उंगली उठाएंगे एट द एंड। सो बट मेरा जो है, मैं बचपन तो इदां दी रही हूँ कि अगर मैंने कोई छेड़ दिंदा मैं थप्पड़ भी मार दिंदी सी, ठीक है, तो उही गल आ जाती है कि मेरे मम्मा मैनू ये चीज़ समझाते सी कि बेटा यू नो पंगा की लैना किसी नाल, लड़के बाद विच बदला लेंदे आ, ये है वो है, तो मेरा कैरेक्टर काफ़ी ज़्यादा इहदे नाल रिलेट कर रहा इस कैरेक्टर दे नाल। जी, सो उम्मीद यही है कि थोड़े सब दे करैक्टर्स जड़े ने सब नु जरूर पसंद आन, मूवी भी पूरी पसंद आवे। सो लॉयर दे करैक्टर तुसी निभा रहे हो इस मूवी दे विच, ते किन्ना कुछ चैलेंजिंग सी निभाना उस नु? काफ़ी चैलेंजिंग सीगा क्योंकि कदे कीता नहीं हैगा लॉयर दा करैक्टर, ना फैमिली च कोई लॉयर है। सो जद आया कि अमन पहले मेरा नाम अमन सीगा, तो सर मेरा उसी नाम तो बुलाते ने कि आ करैक्टर हैगा जो तू करना गा, तो एक माइंड सीगा कि मैं कर पाऊँगी या नहीं कर पाऊँगी, क्योंकि काफ़ी सारी कहानी लॉयर ते भी घूमती आ, क्योंकि इंसाफ दिलाना गा, बहुत वेरिएशन सीगियाँ उस करैक्टर दे विच, इमोशनल भी दिखाया गा उन्हों। सो मैनू सी कि मैं कर पाऊँगी या नहीं कर पाऊँगी, सर कहा सर मैनू एक दिन का टाइम दो मैं तुहानू दस दी हाँ, तो सर कहना ठीक है, फिर नैक्सट डे मैं कहा कि नहीं मैं करूँगी, क्योंकि एक आर्टिस्ट हर करैक्टर कर सकता गा, शायद ता ही वो इस इंडस्ट्री के बच्चे हैगा। तो मैं होमवर्क जरूर किया इस करैक्टर लई, एंड मेरे डायरेक्टर ने भी काफ़ी हेल्प की सी मेरी, तो बाकी 15 तरीक नूं पता लग जूगा कि किन्ना क यू नो ऑडियंस ने पसंद किया। थारी थर्ड मूवी है पंजाबी, ते बाकी दोनों मूवीज नालों ये मूवीज किन्नी को वक्री है? हर एक फिल्म जो मैं हुण तक कीती आ वो अपने आप च डिफरेंट सीगी, ये अपनी डिफरेंट इहदी कहानी आ, ते मैं शुरू तो ही डिफरेंट सब्जेक्ट ते काम करना पसंद करदी आं। लास्ट फिल्म जो सीगी मिट्टी ना फरोल जो गया, वो च तीन डिफरेंट करैक्टर मैं प्ले कीते सी एक फिल्म दे विच, ही तीन शेड सीगे, जो करके मजा आया उस फिल्म नूं। हुण इह फिल्म हैगी आ, हुण जो चलिया गया वह वधिया सीगा, जो अगे आ रहा वह एक्साइटिंग हैगा। बिल्कुल। सो चैतन्या, फर्स्ट आप नैगेटिव करैक्टर में हो, है ना, दूसरा इस मूवी में ये फीमेल ओरिएंटेड मूवी है, तो आपको पहली नज़र कैसे लगा कि मतलब मैं फर्स्ट टाइम आ रहा हूँ और मूवी भी फीमेल ओरिएंटेड? तो इससे बेटर तो कोई बात ही नहीं हो सकती। नहीं हो सकती बिल्कुल, पर आपकी फीलिंग कैसी थी? नो, आई लाइक द कॉन्सेप्ट, आई लाइक द प्रोजेक्ट, बिकॉज इट वॉज अ मैसेज ड्रिवन थिंग, तो मुझे ये लगा कि एज अ न्यू कमर, एज अ डेब्यू, इससे बेटर कुछ भी नहीं हो सकता, बिकॉज
पांच कोर हैं, मैसेज ड्रिवन फिल्म है, वुमेन एम्पावरमेंट पे फिल्म है और आई एम द बैड गाय ऑपोजिट टू देम. सो आई थिंक कि मुझे मेरा काम दिखाने से दिखाने के लिए इससे बेहतर प्लेटफॉर्म नहीं मिल सकता. बिल्कुल. सो आई एंड द सर रियली अप्रिशिएटेड बिकॉज ऑफ द डायरेक्टर, ही रियली लाइक्ड माय वर्क व्हेन आई वाज गिविंग द ऑडिशन. तो उनको वो ऑडिशन देखकर ही उन्होंने मुझे एट द स्पॉट फाइनल कर दिया कि यू द लीड एंड यू द प्लेइंग द कैरेक्टर. तो उन्होंने बहुत मेरे साथ टाइम स्पेंड किया मुझे इस कैरेक्टर को समझने के लिए, उस पर काम करने के लिए, खास करके मेरी बॉडी के ऊपर काम करने के लिए, बिकॉज आई वॉज वेरी थिन. आई सो ही डिडंट वांट द एब्स और मस्कुलर बॉय. तो आई ही वांट वी वांटेड मी टू गेन वेट, ही वांटेड मी टू गेन मोर वेट. मैंने कहा सर मैं स्क्रीन पे बहुत अजीब लगूंगा, ऐसा मत करो. बट ही सेड नो, बिकॉज द जो जैसे लड़के होते हैं वो लोग बॉडी तो बनाते हैं पर वो बॉडी एब्स वाली नहीं होती है, लाइक देसी बॉडी होती है. तो आई वॉन्ट यू टू लुक लाइक दैट. सो आई वर्कड ऑन इट टू, आई वर्कड ऑन माई बॉडी लैंग्वेज, आई वर्कड ऑन द I try to work on the dialect too, but Punjabi सीखने में थोड़ा time लग रहा है. I want to add on, you know, he was every actor was into their, you know, character fully, but he was so much into his act. You know, it was hard for us, you know, कि हमें समझ आए कि ये real में ऐसा है या फिर ये character में है. नहीं, हम लोग so seriously मुझे लगा था ये real में ही ऐसा है. हाँ, मुझे लगा था real में ऐसा है, इसलिए इसको correct लगी वैसे ही मिला. And we were scared of compliment लेंगे कि comment लेंगे. Set पे मुझे, मैं खुद कभी-कभी परेशान हो जाता था, to be very honest, but जब मैं लोगों के पास बैठता था या बात करता था तो ये मुझसे बात भी ऐसे करते थे कि अबे तो रणदीप राणा है. मैंने कहा भाई वो तो मुझे कभी-कभी शर्म भी आती थी खुद पे और कभी कभी लगता था यार ओके यू डूइंग अ गुड जॉब ब्रो. इवन प्रमोशन दे ऑन टाइम भी ये अपने कैरेक्टर्स आ चुके हैं दोबारा. अभी नहीं हूं, अभी नहीं है, कल कभी कभी जब जरूरत होती है तो मांग आ जाता है. आ जाता है जब चाहिए तब आ जाता. सुनीत, जो अजकल की दुनिया के साडे आले दुआले कुड़ियां दे नाल जो वापर रहा है ना, ते एक ट्रेलर तो भी ये जो डायलॉग्स बोले जा रहे हैं कि कुड़ी नूं कल्ले सफर नहीं करना चाहिए बस दे विच है ना. सो जदों तुसी ये मूवी सिलेक्ट की से किरदार निभाया तो थोड़े मन में सी कि फिल्मा दा जॉनर केड़ा चल रहा है, मैं केड़ी एक्सेप्ट कर रही हूँ, प्राउड फील होया कि मैं इस फिल्म का हिस्सा बन रही हूँ. सी इट्स माई डेब्यू प्रोजेक्ट. So I was also very choosy. मेरे कोल होर भी ऑफर्स आ रहे सी मूवीज़ दे, बट मैनू ये सी कि मैं अपने करियर की स्टार्टिंग करनी है तो मेरे को कुछ परफॉर्म करनू होवे, यू नो, मैं जस्ट एक मूवी एज अ आई कैंडी यूज़ नहीं होना चाहती हैगी. तो जब मेरे को इट वॉज़ वेरी स्पॉन्टेनियस सब कुछ इस मूवी का, जब मेरे को मैं ऑडिशन देता सिलेक्शन होया, यू नो, मैं स्क्रिप्ट सुनी तो आई वॉज़ लाइक आई वॉज बट स्केयर्ड ऑल्सो, नॉट स्केयर्ड बट ये सी कि यार पांच कुड़ियाँ ने कितने मेरा कैरेक्टर दब ना जावे, यू नो, मैनू ये चीज़ सी. बट अजीत सर ने कहा कि यू नो पंचों का कैरेक्टर सेम है, किसी का कैरेक्टर ये नहीं है ज़्यादा है घट है, और हर किसी का कैरेक्टर बहुत ही चैलेंजिंग है, बहुत स्ट्रोंग है. एक का कैरेक्टर दूसरे तो बिना इनकम्प्लीट है, यू नो. सब मैनू लग गया कि यार इस तो बैटर आई गेस मेरे लिए डेब्यू नहीं हो सकता हैगा. एंड ते बाकी ऑब्वियसली यू ऑल्सो नो दैट कि कॉमेडी जो है पंजाबी अंदर स्पेशली वो एक है मेन के कॉमेडी होनी चाहिए मूवी दे विच. एंड मतलब जो प्रोड्यूसर आ या डायरेक्टर आ वो ज्यादातर चूज कर दे कॉमेडी, क्योंकि कॉमेडी नहीं हैगा ओदे विच, लोग की जान के देखने वास्ते ये जो सब्जेक्ट हैगा थोड़ा रिस्क हैगा कि कुड़ियां हैगियां ने एक ता सारियां कुड़ियां ये अपने मोड़े पे लेके चली हैं करेंगे नहीं करेंगे, बट एट द सेम टाइम मेनू ए सी कि नहीं ये जो है सब्जेक्ट है बहुत डिफरेंट है. आई डोंट नो लोग एक्सेप्ट करेंगे नहीं करेंगे, बट हम असी जो है असी अपनी तरफ तो एक एफर्ट्स कर रहे हैं, एक सोसाइटी नू मैसेज देने का, एंड डेफिनेटली मैसेज डिलीवर होएगा. ठीक है, एंड किसी नू ता इनिशिएट लेना पड़ेगा. एंड आई वुड रियली लाइक टू थैंक्स टू द होल टीम, अजीत सर, सारे प्रोड्यूसर्स, यू नो, उन्होंने इनिशिएट किया, बिकॉज इट्स वेरी टफ. हर कोई रिस्क नहीं लेगा, स्पेशली यू नो प्रोड्यूसर्स उस चीज इन्वेस्ट करने जिस दे विच उन्होंने लग रहा कि यू नो दे विल रिटर्न बैक, बट ये थोड़ा रिस्की सी, उन्होंने भी इनिशिएट किया और असी भी इस द पार्ट शामिल. आई एम फीलिंग वेरी लकी टू बी पार्ट ऑफ. इवन जो प्रोड्यूसर्स हैगे वो है भी पंजाब तो नहीं हैगे, वो हैगे दिल्ली तो, डेलीवुड स्टूडियो दे अंडर ए फिल्म बनी आ. तो काफी चैलेंजिंग सी उन्होंने वास्ते जो उन्होंने इदां दा डिफरेंट कॉन्सेप्ट चूज किया फिल्म बनाने के लिए, रिस्क तो उन्होंने लेता गा, पर वो कहते हैं कि असीं शुरू
ਤੋਂ ਹੀ ਰਿਸਕ ਲੈਂਦੇ ਆ ਰਹੇ ਆ ਤਾਂ ਇਹ ਵੀ ਲਾਈਫ ਇੱਕ ਰਿਸਕ ਹੈ ਹੈ ਨਾ ਲਵਾਂਗੇ ਤੇ ਟਾਈਮ ਪਤਾ ਲੱਗੇਗਾ ਅਗਰ ਇਹ ਮੂਵੀ ਸਕਸੈਸਫੁਲ ਹੁੰਦੀ ਹੈ ਡੈਫੀਨਿਟਲੀ ਹੋਣੀ ਚਾਹੀਦੀ ਆ ਤਾਂ ਇੱਕ ਹੋਰ ਪ੍ਰੋਡਿਊਸਰਸ ਨੂੰ ਹੋਰ ਹੌਸਲਾ ਮਿਲ ਥੋੜਾ ਮਿਲੇਗਾ ਕਿ ਨਹੀਂ ਯਾਰ ਇਦਾਂ ਦੀਆਂ ਮੂਵੀਜ਼ ਵੀ ਸਕਸੈਸਫੁਲ ਹੋ ਰਹੀਆਂ ਨੇ ਜੀ ਐਂਡ ਹੋਰ ਮੂਵੀਜ਼ ਆਣਗੀਆਂ ਇਦਾਂ ਦੀਆਂ ਸੋ ਅਸੀਂ ਵੀ ਇਹੀ ਉਮੀਦ ਇਹੀ ਬੈਸਟ ਵਿਸ਼ਸ ਨੇ ਕਿ ਵਾਕਈ ਕੁਛ ਨਵਾਂ ਆਏਗਾ ਸੋਸਾਇਟੀ ਲਈ ਵੀ ਹੈ ਨਾ ਜੋ ਕੁਛ ਵਾਪਰ ਰਿਹਾ ਉਹ ਜੇ ਫਿਲਮਾਂ ਦੇ ਵਿੱਚ ਦਿਖਾਇਆ ਜਾਏਗਾ ਤੇ ਉਹ ਬਹੁਤ ਵਧੀਆ ਹੋਏਗਾ ਕਿਸੇ ਵੀ ਚੀਜ਼ ਨੂੰ ਜੇ ਚੇਂਜ ਕਰਨਾ ਹੈ ਬਿਕਾਜ਼ ਦੈਟਸ ਦ ਬਿਗੇਸਟ ਮੀਡੀਅਮ ਵੀ ਹੈਵ ਇਨ ਆਰ ਇੰਡੀਆ ਦ ਫਿਲਮ ਮੀਡੀਅਮ ਬਿਲਕੁਲ ਸੋ ਲੋਕ ਫੋਲੋ ਕਰਦੇ ਆ ਇਸ ਚੀਜ਼ ਨੂੰ ਹੈ ਨਾ ਇਸ ਫਿਲਮ ਦੇ ਵਿੱਚ ਬਿਹਤਰੀਨ ਅਦਾਕਾਰ ਨਿਰਮਲ ਰਿਸ਼ੀ ਮੈਮ ਨੇ ਤੇ ਉਹਨਾਂ ਦੇ ਨਾਲ ਕੰਮ ਕਰਕੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਮੈਂ ਹਮੇਸ਼ਾ ਤੋਂ ਉਹਨਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਪਰ ਮੈਂ ਇਸ ਵਾਰ ਵੀ ਅਨਲੱਕੀ ਨਿਕਲੀ ਮੈਂ ਉਹਨਾਂ ਨਾਲ ਕੰਮ ਨਹੀਂ ਕਰ ਪਾਈ ਓਕੇ ਹਾਂ ਪਰ ਮੈਂ ਉਹਨਾਂ ਨਾਲ ਉਹ ਮੇਰੀ ਫਿਲਮ ਦੇ ਵਿੱਚ ਹੀ ਹੈਗੇ ਨੇ ਇਹ ਬਹੁਤ ਵੱਡੀ ਗੱਲ ਆ ਮੈਂ ਬਹੁਤ ਵੱਡੀ ਫੈਨ ਹਾਂ ਉਹਨਾਂ ਦੀ ਬਟ ਇਨਸ਼ਾਅੱਲਾ ਆਪਾਂ ਮੈਮ ਅੱਗੇ ਜ਼ਰੂਰ ਕੰਮ ਕਰਾਂਗੇ ਜੀ ਤੁਹਾਡੇ ਵਿੱਚੋਂ ਕਿਸੇ ਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੰਮ ਕਰਨ ਚੇਤਨਿਆ ਮੈਂ ਹਿੰਦੀ ਮੈਂ ਆਤੀ ਹੂੰ ਵਾਪਿਸ ਸੋ ਉਨਕੋ ਤੋਂ ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ ਹਰ ਇਨਸਾਨ ਉਨਕੋ ਬਹੁਤ ਪਸੰਦ ਕਰਤਾ ਹੈ ਉਨਕੇ ਸਾਥ ਕੰਮ ਕਰਕੇ ਆਪਕਾ ਐਕਸਪੀਰੀਅੰਸ ਕੈਸਾ ਰਹਾ ਅਰੇ ਉਨਕੇ ਸਾਥ ਕੰਮ ਕਰਕੇ ਮਤਲਬ ਆਈ ਥਿੰਕ ਅਭੀ ਤੱਕ ਕਾ ਕਿਉਂਕਿ ਮੇਰੀ ਪਹਿਲੀ ਫਿਲਮ ਹੈ ਮੈਂ ਐਜ਼ ਐਨ ਥੀਏਟਰ ਔਰ ਵਰਕਸ਼ਾਪਸ ਕੀਏ ਹੈ ਬਟ ਐਜ਼ ਐਨ ਐਕਟਰ ਔਨ ਕਮਰਸ਼ੀਅਲ ਸੈਟ it was a really learning experience kyunki jab main unke sath scene kar raha tha wo jo bus mein hai so the character is arrogant he is not angry yes so when you are arrogant so you are subtle but she was not subtle she was loud and she was and unke sath matlab aur ek scene tha jab hum rehearse kar rahe the to main itna garam ho gaya tha to wo mujhse bolte hai beta tujhme to singh aa gaya acha maine kaha sorry ma'am to bolte na it was good it was good तो दैट सीन लाइक डायरेक्टर और सब ने मुझे आके बोला बेटा थोड़ा धीरे इतना नहीं मैं बहुत एजेड है बहुत पुरानी है मैंने कहा सॉरी सर वो कैरेक्टर ज्यादा हो गया था बट इट वाज अ ग्रेट एक्सपीरियंस उनके साथ काम करके वो जो सीन था मेरा उनके साथ सिर्फ एक ही सीन है बस में बट वो सीन जब मैं और वो कर रहे थे तो आई डिडंट फील दैट आई एम एक्टिंग इट वाज वेरी रियल फॉर बोथ ऑफ अस बिकॉज वी वर रिएक्टिंग वी वर नॉट एक्टिंग ਸੋ ਨੀਤ ਅਜੀਤ ਆ ਰਾਜਪਾਲ ਜੀ ਦੇ ਨਾਲ ਕੰਮ ਕਰਕੇ ਉਹਨਾਂ ਨੇ ਦੇਸ਼ ਨੇ ਕਿੱਦਾਂ ਲੱਗਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਿਕੋਜ਼ ਯੂ ਨੋ ਇੱਕ ਹੁੰਦਾ ਤੁਹਾਡਾ ਫਸਟ ਪ੍ਰੋਜੈਕਟ ਹੁੰਦਾ ਤੁਹਾਡੇ 'ਤੇ ਇੱਕ ਤੁਹਾਨੂੰ ਇੱਕ ਰਿਸਪੋਂਸੀਬਿਲਟੀ ਦਿੱਤੀ ਜਾਂਦੀ ਹੈ ਆਪਣੇ ਆਪ ਨੂੰ ਦਿਖਾਉਣ ਦੀ ਹੈ ਨਾ ਅਤੇ ਮੈਨੂੰ ਇਹ ਸੀ ਕਿ ਕੁਛ ਗਲਤੀ ਨਾ ਹੋ ਜਾਏ ਕੁਛ ਮਿਸਟੇਕ ਯੂ ਨੋ ਤੁਸੀਂ ਥੋੜ੍ਹਾ ਅੰਡਰ ਪ੍ਰੈਸ਼ਰ ਹੁੰਦੇ ਹੋ ਅਤੇ ਅਜੀਤ ਸਰ ਨੇ ਉਹ ਚੀਜ਼ ਬਿਲਕੁਲ ਉਹ ਕਰਤੀ ਲਾਈਟ ਕਰਤੀ ਯੂ ਨੋ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਨੀਤ ਜਿਵੇਂ ਤੁਹਾਨੂੰ ਲੱਗ ਰਿਹਾ ਕਿ ਇਹ ਐਕਟ ਤੁਸੀਂ ਆਪਣੇ ਬੈਸਟ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਉੱਦਾਂ ਕਰੋ ਮੈਂ ਤੁਹਾਨੂੰ ਆਪਣੇ ਅਕੋਰਡਿੰਗ ਨਹੀਂ ਕਰਵਾਉਣਾ ਚਾਹੁੰਦਾ ਹੈਗਾ ਅਤੇ ਉਹ ਮੈਨੂੰ ਬਹੁਤ ਬੈਸਟ ਪਾਰਟ ਲੱਗਿਆ ਅਤੇ ਦੈਨ ਤੋਂ ਮੈਨੂੰ ਬਹੁਤ ਮਤਲਬ ਆਈ ਵਾਜ਼ ਵੈਰੀ ਓਪਨ ਟੂ ਪਰਫੋਰਮ ਮਾਈ ਕੈਰੈਕਟਰ ਨੀਤ ਨੂੰ ਨਹੀਂ ਉਹਨਾਂ ਨੇ ਸਾਰੇ ਆਦੇ ਨੂੰ ਖੁੱਲ੍ਹਾ ਛੱਡਤਾ ਸੀ ਕਿ ਤੁਸੀਂ ਉੱਦਾਂ ਕਰੋ ਅਗਰ ਤੁਹਾਡੇ ਨਾਲ ਰੀਅਲ ਲਾਈਫ 'ਚ ਇੱਦਾਂ ਹੋ ਰਿਹਾ ਹੋਵੇ ਤਾਂ ਸਾਰੇ ਇੰਨੇ ਜ਼ਿਆਦਾ ਆਪਣੇ ਕਰੈਕਟਰ 'ਚ ਵੜੇ ਹੋਏ ਸੀ ਨਾ ਕਿ ਮਤਲਬ ਬਾਅਦ 'ਚ ਮਸਤੀ ਮਜ਼ਾਕ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਸੀਗਾ ਬਿਲਕੁਲ ਵੀ ਟਾਈਮ ਇਹ ਆਪਣਾ ਲੱਗਿਆ ਮੈਂ ਆਪਣਾ ਲੱਗੀ ਹੋਈ ਹਾਂ ਮਤਲਬ ਅਸੀਂ ਟਾਈਮ ਉਹਨਾਂ ਸਪੈਂਡ ਨਹੀਂ ਕਰ ਪਾਏ ਆਫ ਸਕਰੀਨ ਐਕਚੁਅਲੀ ਪ੍ਰਮੋਸ਼ਨ ਤੇ ਹੁਣ ਸਾਨੂੰ ਥੋੜਾ ਬਹੁਤ ਮਿਲ ਰਿਹਾ ਹੈ ਕਿ ਜਿਹੜਾ ਟਾਈਮ ਸਪੈਂਡ ਕਰਨ ਦਾ ਬਟ ਸੈਟ ਤੇ ਬਸ ਆਈ ਹੋਪ ਕਿ ਅਭੀ ਕੈਰੈਕਟਰ ਸੇ ਮੈਂ ਬਾਹਰ ਵੀ ਹੂੰ ਔਰ ਇਨ ਲੋਗੋ ਦਾ ਪਰਸਪੈਕਟਿਵ ਵੀ ਬਦਲ ਰਹਾ ਹੈ ਕਿ ਹਾਂ ਇਹ ਰਣਦੀਪ ਰਾਣਾ ਐਸਾ ਨਹੀਂ ਬਿਲਕੁਲ ਥੈਂਕ ਯੂ ਸੋ ਦ੍ਰਿਸ਼ਟੀ ਸਾਰੀ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੀ ਫਿਲਮ ਦੇ ਲਈ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਫਿਲਮ ਹਾਰਡਕੋਰ 15 ਦਸੰਬਰ ਨੂੰ ਆ ਰਹੀ ਆ ਯਾਨੀ ਕਿ 3 ਦਿਨ ਬਾਅਦ ਉਹ ਰਿਲੀਜ਼ ਹੋ ਰਹੀ ਆ ਤੁਸੀਂ ਸਾਰੇ ਆਪਣੀ ਫੈਮਿਲੀ ਨੂੰ ਲੈ ਕੇ ਜਾਓ ਅਸੀਂ ਬਹੁਤ ਮਿਹਨਤ ਕਰਕੇ ਫਿਲਮ ਬਣਾਈ ਆ ਅਤੇ ਇਸ ਫਿਲਮ ਦੇ ਦੌਰਾਨ ਅਸੀਂ ਇੱਕ ਮੈਸੇਜ ਡਿਲੀਵਰ ਕਰਾਂਗੇ ਅਤੇ ਆਈ ਹੋਪ ਤੁਹਾਨੂੰ ਫਿਲਮ ਬਹੁਤ ਚੰਗੀ ਲੱਗੇਗੀ ਚੇਤਨਿਆ ਆਪ ਕਿਆ ਮੈਸੇਜ ਦੇਣਾ ਚਾਹੋਗੇ ਆਈ ਥਿੰਕ ਕਿ ਇਹ ਇੰਡੀਆ ਕੇ ਸਭੀ ਲੋਕਾਂ ਕੋ ਜਾ ਕੇ ਦੇਖਣੀ ਚਾਹੀਏ ਸਪੈਸ਼ਲੀ ਯੰਗ ਬੋਇਜ਼ ਐਂਡ ਗਰਲਸ ਬਿਕੋਜ਼ ਉਨਕੇ ਪੇਰੈਂਟਸ ਕੋ ਬੱਚੀਆਂ ਖਾਸ ਕਰਕੇ ਲੜਕੀਆਂ ਆਪਣੇ ਮਾਂ ਬਾਪ ਕੋ ਲੈ ਕੇ ਜ਼ਰੂਰ ਜਾਏ ਸੋ ਦੈਟ ਉਨਕੋ ਵੀ ਇੱਕ ਆਪਣੀ ਬੱਚੋਂ ਪਰ ਫੇਥ ਹੋ ਕਿ ਦੇ ਕਮ ਐਂਡ ਸਪੀਕ ਟੂ ਦੈਮ ਅਬਾਊਟ ਸਮਥਿੰਗ ਤੋ ਉਹ ਉਨਕੋ ਸਪੋਰਟ ਕਰੇ ਨਾ ਕਿ ਬੋਲੇ ਅੱਛਾ ਬੇਟਾ ਕੋਈ ਬਾਤ ਨਹੀਂ ਜਾਣੇ ਦੋ ਸੋ ਦੇ ਨੀਡ ਟੂ ਟਰਸਟ ਔਨ ਦਾ ਲਾਅ ਐਂਡ ਔਨ ਦੈਮਸੈਲਵਸ ਟੂ ਐਂਡ ਇਟ ਇਜ਼ ਅ ਵੈਰੀ ਹਾਰਡ ਹਿਟਿੰਗ ਸਬਜੈਕਟ ਆਪਕੋ ਜ਼ਰੂਰ ਆਪਣੇ ਦਿਲ ਤੱਕ ਜਾ ਕੇ ਛੂਏਗਾ ਸੋ ਪਲੀਜ਼ ਗੋ ਵਾਚ ਇਟ ਬਿਕੋਜ਼ ਦੈਟ ਵੀ ਹੈਵ ਵਰਕਡ ਰੀਅਲੀ ਹਾਰਡ ਔਨ ਇਟ ਐਂਡ ਇਟ ਹੈਜ਼ ਟੇਕਨ ਅ ਟੋਲ ਆਫ ਅਸ ਆਲ ਆਫ ਅਸ ਸੋ ਇਟ ਵਾਜ਼ ਅ ਗ੍ਰੇਟ ਵਰਕਿੰਗ ਪਲੇਜਰ ਪਲੀਜ਼ ਗੋ ਵਾਚ ਇਟ ਬਿਕੋਜ਼ ਇਟ ਇਜ਼ ਗੋਇੰਗ ਟੂ ਬੀ ਅ ਗ੍ਰੇਟ ਫਿਲਮ ਥੈਂਕ ਯੂ ਸੁਨੀਤ ਤੁਸੀਂ ਕੀ ਮਹਿਸੂਸ ਦੇਣਾ ਚਾਹੋ
मैं मेरे ऑलरेडी इन्हों ने सब कुछ कह ही देता, मैं जस्ट ये कहूँगी कि डेफिनेटली 15 दिसंबर नू जाओ एंड इट्स अ स्टोरी ऑफ एवरी गर्ल इन आर सोसाइटी एंड गर्ल्स डेफिनेटली इस स्टोरी नू देखने तो बाद अपने फील करेंगे, कनेक्टेड फील करेंगे, पेरेंट्स गर्ल्स बॉयज सब लोग इस मूवी नू बहुत इंजॉय करेंगे। सिर्फ इस मूवी च थोनू खाली ये नहीं हैगा कि एक बहुत ही सीरियस ही ट्रैक ते थोनू देखने नू मिलेगा, ये विच बहुत ज़्यादा डिफरेंट थोनू शेड्स होर भी देखने नू मिलेंगे। हाँ इट्स अ कमर्शियल फिल्म ते थोनू तुसी बहुत इंजॉय करोगे, सो प्लीज गो एंड वॉच दिस मूवी ऑन 15th ऑफ दिसंबर। सो साडे वालों भी थानू ते थोड़ी पूरी टीम में बहुत सारी बेस्ट विशेस ने। थैंक यू सो मच। सो जिनी तुसी मेहनत कीती है उस तो दुगनी तिगनी रंग लेके आवे, सो तुसी अजीत ते आए सना बहुत सारी गल्लां पता कीतीयां, थोड़ा बहुत बहुत शुक्रिया। थैंक यू सो मच। थैंक यू सो मच। सो जी आज असी थोड़ी मुलाकात करवाई हार्डकोर मूवी आ रही है जी और उन्हां दी स्टार कास्ट दे नाल, और जिस तरह की उन्होंने कहा कि इस फिल्म दे विच बहुत सारे रंग थानू देखने मिलणगे। सो 15 दिसंबर नू फिल्म देखना ना भुलना हार्डकोर। सो हुण तरनू दे दिओ इजाजत ते तुसी देखते रहो अजीत वैब टीवी। सत श्री अकाल।